ਹਾਂਜੀ ਸਲੀਮ ਜੀ, ਮੈਂ ਬੜਾ ਖੁਸ਼ ਹਾਂ ਕਰਨ ਭਾਅ ਜੀ ਦੇ ਨਾਲ। ਮੈਂ ਹਮੇਸ਼ਾ ਔਰ ਹਮੇਸ਼ਾ ਸਾਥ ਦੇਵਾਂਗਾ ਪੰਜਾਬੀ ਨੂੰ, ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਸਤੇ। ਇਹੋ ਜਿਹੇ ਸੁਚੱਜੇ ਬੰਦਿਆਂ ਨੇ ਜਿਨ੍ਹਾਂ ਨੇ ਸਾਰੀ ਉਮਰ ਲਾ ਦਿੱਤੀ, ਇਹਨਾਂ ਦੇ ਬਜ਼ੁਰਗਾਂ ਨੇ ਸਾਰੀ ਉਮਰ ਲਾ ਦਿੱਤੀ ਸੰਗੀਤ ਨੂੰ ਸਿੱਖਣ 'ਚ। ਇਹਨਾਂ ਨੂੰ ਪਤਾ ਸੰਗੀਤ ਦੀ ਅਹਿਮੀਅਤ ਕੀ ਹੈ, ਹਰ ਸੁਰ ਦੀ ਅਹਿਮੀਅਤ ਕੀ ਹੈ। ਇਹ ਲੋਕ ਵੀ ਚਾਹੁੰਦੇ ਆ ਵੀ ਪੰਜਾਬੀ ਸੰਗੀਤ 'ਚ ਗੰਦਗੀ ਨਹੀਂ ਹੋਣੀ ਚਾਹੀਦੀ, ਬਚ ਜਾਵੇ। ਜੇ ਇਹ ਚਾਹੁੰਦੇ ਨੇ ਤਾਂ ਇੱਕ ਦਿਨ ਸਾਰਾ ਪੰਜਾਬ ਚਾਹੁੰਦਾ ਹੋਊਗਾ ਬਚਾ ਕੇ ਰੱਖਣਾ। ਪੰਜਾਬ ਸਾਡਾ ਆ, ਪੰਜਾਬ ਸਾਡਾ ਘਰ ਹੈ। ਠੀਕ ਹੈ, ਚੱਲ ਰਿਹਾ, ਕਿਤੇ ਕਿਤੇ ਬੁਲਾਉਣਾ ਹੋਇਆ ਮੈਨੂੰ ਬੁਲਾ।